ਪਹਿਲੇ ਵੀ ਤੁਸੀਂ ਦਸਤਾਰ ਬਣਾਈ ਹੈ ਕਦੇ? ਨਹੀਂ, ਪਹਿਲੀ ਵਾਰੀ ਪਹਿਲੀ ਵਾਰੀ ਬਣਾ ਰਹੀ ਹੈ। ਘਰ 'ਚ ਕੋਈ ਬੰਦ ਹੈ ਦਸਤਾਰ? ਸਭ ਨੂੰ ਬਣਨੀ ਚਾਹੀਦੀ ਹੈ, ਗੁਰੂ ਦੇ ਨਾਲ ਜੁੜਨਾ ਚਾਹੀਦਾ ਹੈ। ਸਭ ਨੂੰ ਦਸਤਾਰ ਬਣਨੀ ਚਾਹੀਦੀ ਹੈ, ਕੇਸ ਨਹੀਂ ਕੱਟਣੇ ਚਾਹੀਦੇ। ਟਰਾਈ ਕਰਿਆ ਕਰੋਗੇ ਜਾਂ ਘਰ ਬੰਨਣ ਦੇ? ਕਰਦੀ ਸੀਗੀ, ਬੰਨੀ ਨਹੀਂ ਆਉਂਦੀ ਸੀ, ਪਹਿਲੀ ਵਾਰ ਬਣਵਾ ਰਹੀ ਹਾਂ। ਮੈਨੂੰ ਅੱਜ ਪੱਗ ਬੰਨ ਕੇ ਬਹੁਤ ਵਧੀਆ ਲੱਗਿਆ, ਅਤੇ ਮੈਂ ਸਾਰਿਆਂ ਬੱਚਿਆਂ ਨੂੰ ਕਹੂੰਗਾ ਵੀ ਤੁਸੀਂ ਪੱਗ ਬੰਨਿਆ ਕਰੋ। ਸੋ ਜਿੱਥੇ ਲੜਕੇ ਤੁਸੀਂ ਦੇਖ ਰਹੇ ਹੋ, ਲਾਈਨ ਲੱਗੀ ਹੋਈ ਆ, ਲੜਕੇ ਰੁਮਾਲ ਬੰਨੇ ਹੋਏ ਨੇ, ਕੇਸ ਕਤਲ ਕੀਤੇ ਹੋਏ ਨੇ, ਉਹ ਆ ਰਹੇ ਨੇ ਹਲਫ ਲੈ ਕੇ, ਦਸਤਾਰਾਂ ਸਜਾ ਰਹੇ ਨੇ। ਉਸੇ ਤਰ੍ਹਾਂ ਮੈਂ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਕਿ ਸਾਡੀਆਂ ਬੱਚੀਆਂ ਨੇ। ਸੋ ਜਿੱਥੇ ਲੜਕੇ ਦਸਤਾਰਾਂ ਸਜਾ ਰਹੇ ਨੇ, ਉਹਦੇ ਨਾਲ ਲੜਕੀਆਂ ਸਾਡੀਆਂ ਬੱਚੀਆਂ ਬਹੁਤ ਜਿਹੜੀਆਂ ਉਹ ਦਮਾਲੇ ਸਜਾ ਰਹੀਆਂ ਨੇ। ਮੇਰੀ ਦਸਤਾਰ ਮੇਰੀ ਸ਼ਾਨ ਦੇ ਵਿੱਚ ਕੁਝ ਲੜਕੀਆਂ ਵੀ ਜੁੜੀਆਂ ਨੇ ਅਤੇ ਅਕਾਲੀ ਦਲ ਦੇ ਪ੍ਰਧਾਨ ਵੀ ਆ। ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਸਾਡੇ ਨਾਲ ਜੁੜੇ ਨੇ, ਅਤੇ ਉਹਨਾਂ ਨਾਲ ਇਸ ਲੜਕੀਆਂ ਦੇ ਜੋ ਦਸਤਾਰ ਬਣਨੇ ਉਹਨਾਂ ਨੂੰ ਲੈ ਕੇ ਗੱਲਬਾਤ ਕਰਾਂਗੇ। ਸਰ ਦੱਸਿਓ। ਸੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਜਿਵੇਂ ਮੇਰੀ ਦਸਤਾਰ ਮੇਰੀ ਸ਼ਾਨ ਮੁਹਿੰਮ ਚੱਲ ਰਹੀ ਆ। ਸੋ ਜਿੱਥੇ ਲੜਕੇ ਤੁਸੀਂ ਦੇਖ ਰਹੇ ਹੋ, ਲਾਈਨ ਲੱਗੀ ਹੋਈ ਆ, ਲੜਕੇ ਰੁਮਾਲ ਬੰਨੇ ਹੋਏ ਨੇ, ਕੇਸ ਕਤਲ ਕੀਤੇ ਹੋਏ ਨੇ, ਉਹ ਆ ਰਹੇ ਨੇ ਹਲਫ ਲੈ ਕੇ, ਦਸਤਾਰਾਂ ਸਜਾ ਰਹੇ ਨੇ। ਉਸੇ ਤਰ੍ਹਾਂ ਮੈਂ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਕਿ ਸਾਡੀਆਂ ਬੱਚੀਆਂ ਨੇ। ਦੇਖੋ ਕਿਹੜੀ ਜਗ੍ਹਾ ਤੋਂ ਆਏ ਹੋ ਬੇਟਾ? ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ? ਲੁਧਿਆਣੇ। ਲੁਧਿਆਣੇ ਤੋਂ? ਸੋ ਲੁਧਿਆਣੇ ਤੋਂ ਬੱਚੀਆਂ ਨੇ, ਕਾਫੀ ਇਕੱਠੀਆਂ ਸੀਗੇ ਇਹਨਾਂ ਦਾ ਸਾਰਾ ਗਰੁੱਪ। ਸੋ ਇਹਨਾਂ ਨੇ ਹੈਲਪ ਲਿਆ ਕਿ ਅਸੀਂ, ਸਾਡਾ ਮਨ ਕਰਦਾ ਕਿ ਅਸੀਂ ਕੇਸਰੀ ਮਤਲਬ ਸਜਾਈਏ, ਦਮਾਲੇ ਸਜਾਈਏ। ਸੋ ਜਿੱਥੇ ਲੜਕੇ ਦਸਤਾਰਾਂ ਸਜਾ ਰਹੇ ਨੇ, ਉਹਦੇ ਨਾਲ ਲੜਕੀਆਂ ਸਾਡੀਆਂ ਬੱਚੀਆਂ ਬਹੁਤ ਜਿਹੜੀਆਂ ਉਹ ਦਮਾਲੇ ਸਜਾ ਰਹੀਆਂ ਨੇ। ਸੋ ਮਨ ਹੈ, ਇਹ ਗੁਰੂ ਦੀ ਕਿਰਪਾ, ਸ਼ੌਂਕ ਹੈ, ਕਿਉਂਕਿ ਦਸਤਾਰਾਂ ਦਮਾਲੇ ਇਹ ਚੜ੍ਹਦੀ ਕਲਾ ਦੇ ਪ੍ਰਤੀਕ ਨੇ। ਸੋ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਇਸ ਤਰ੍ਹਾਂ ਲੜਕੇ ਲੜਕੀਆਂ ਅਤੇ ਭੈਣਾਂ ਭਰਾਵਾਂ 'ਤੇ ਉਹ ਦਸਤਾਰਾਂ ਸਜਾਉਣ, ਦਮਾਲੇ ਸਜਾਉਣ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ, ਕਿਉਂਕਿ ਅਣਖ ਅਤੇ ਗੈਰ ਦਾ ਪ੍ਰਤੀਕ ਹੈ। ਦੇਖੋ ਬੱਚੀਆਂ ਨੇ ਦਮਾਲੇ ਸਜਾ ਰਹੀਆਂ, ਕਿੰਨੀਆਂ ਸੋਹਣੀਆਂ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਨੇ। ਸੋ ਇਹ ਧੰਨਵਾਦ ਕਰਦੇ ਹਾਂ ਗੁਰੂ ਸਾਹਿਬ ਦਾ ਕਿ ਗੁਰੂ ਸਾਹਿਬ ਨੇ ਇਹ ਸੇਵਾ ਸਾਨੂੰ, ਨਿਮਾਣਿਆਂ ਨੂੰ ਇਹ ਸੇਵਾ ਦਿੱਤੀ ਹੈ। ਸੋ ਇਸੇ ਤਰ੍ਹਾਂ ਇਹ ਗੁਰੂ ਸਾਹਿਬ ਸੇਵਾ ਬਖਸ਼ਦੇ ਰਹਿਣ, ਅਤੇ ਇਸੇ ਤਰ੍ਹਾਂ ਲੜਕੇ ਦਸਤਾਰਾਂ ਲੜਕੀਆਂ ਦਮਾਲੇ ਇਸੇ ਤਰ੍ਹਾਂ ਸਜਾਉਂਦੇ ਰਹਿਣ, ਅਤੇ ਪੰਥ ਦੀ ਚੜ੍ਹਦੀ ਕਲਾ ਹੋਵੇ। ਸੋ ਨੌਜਵਾਨ ਕੇਸ ਕਤਲ ਕਰਨੇ ਬੰਦ ਕਰਨ। ਸੋ ਮੈਂ ਦੇਖ ਰਿਹਾ ਕਿ ਨੌਜਵਾਨਾਂ ਦੇ ਲੜਕੇ ਲੜਕੀਆਂ 'ਚ ਬਹੁਤ ਭਾਰੀ ਉਤਸ਼ਾਹ ਹੈ। ਸੋ ਜਿਸ ਤਰ੍ਹਾਂ ਲਾਈਨਾਂ ਬੰਨ੍ਹ ਕੇ ਹਲਫ ਲੈ ਕੇ ਇਹ ਦਸਤਾਰਾਂ ਸਜਾ ਰਹੇ ਨੇ, ਸੋ ਗੁਰੂ ਦਾ ਮੈਂ ਸਾਦਾ ਕਿ ਜਿੰਨਾ ਵੀ ਕੋਟਾਨ ਕੋਟਾਨ ਧੰਨਵਾਦ ਕਰਿਆ ਜਾਵੇ ਉਹਨਾਂ ਥੋੜ੍ਹਾ, ਬਾਕੀ ਇਹ ਬੱਚੀਆਂ ਦਾ ਧੰਨਵਾਦ ਜਿਨ੍ਹਾਂ ਨੇ ਇਹ ਤਹੀਆ ਕੀਤਾ ਦਮਾਲੇ ਬੰਨਣ ਦਾ। ਸੋ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਤੁਸੀਂ ਦੇਖ ਹੀ ਸਕਦੇ ਹੋ, ਇਕੱਲੇ ਉਰੇ ਲੜਕੇ ਹੀ ਨਹੀਂ ਪਾਰਟੀਸਪੇਟ ਕਰ ਰਹੇ, ਸਗੋਂ ਕੁੜੀਆਂ ਵੀ ਆ ਜਿਹੜੀਆਂ ਪਾਰਟੀਸਪੇਟ ਕਰ ਰਹੀਆਂ ਇਸ 'ਚ। ਜਿਵੇਂ ਮੇਰੀ ਦਸਤਾਨ ਮੇਰੀ ਸ਼ਾਨ ਜਿਹੜੀ ਯੂਥ ਅਕਾਲੀ ਦਲ ਦੇ ਪ੍ਰਧਾਨ ਦੇ ਵੱਲੋਂ ਚਲਾਈ ਗਈ ਹੈ, ਤਾਂ ਤੁਸੀਂ ਦੇਖ ਸਕਦੇ ਹੋ ਕਿ ਖੁਦ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਮੈਮ ਤੁਸੀਂ ਕਿੱਥੋਂ ਆਏ ਹੋ ਵੈਸੇ? ਪਹਿਲਾਂ ਲੁਧਿਆਣੇ। ਤੁਹਾਨੂੰ ਕਿਵੇਂ ਲੱਗਿਆ ਕਿ ਵੀ ਅਸੀਂ ਮੇਰੀ ਦਸਤਾਰ ਮੇਰੀ ਸ਼ਾਨ 'ਚ ਆਉਣਾ ਆ? ਦਿਲ ਕੀਤਾ, ਅੱਛਾ ਲੱਗਦਾ ਦਸਤਾਰ ਬੰਨਣਾ। ਪਹਿਲਾਂ ਕਦੇ ਸੋਚਿਆ ਸੀਗਾ? ਹਾਂਜੀ, ਪਹਿਲਾਂ ਬੰਨੀ ਸੀ ਇੱਕ ਵਾਰ, ਬਹੁਤ ਅੱਛਾ ਲੱਗਾ ਸੀ। ਜਦੋਂ ਉਰੇ ਆਏ ਗੁਰੂ ਦੇ ਸਿੰਘਾਂ ਦਾ ਵੱਖਰਾ ਹੀ, ਤੁਹਾਨੂੰ ਪਤਾ ਜੋਸ਼ ਹੁੰਦਾ ਆ, ਕੀ ਉਹ ਜੋਸ਼ ਆ ਰਿਹਾ ਹੁਣ? ਹਾਂਜੀ, ਅੱਛਾ ਲੱਗਦਾ ਬੰਨ ਕੇ ਦਸਤਾਰ ਜੀ। ਤੁਹਾਨੂੰ ਹੁਣ ਕਿੰਨਾ ਕੁ ਹੋ ਰਿਹਾ ਕਿ ਵੀ ਯਾਰ ਹੁਣ ਮੈਂ ਇਹ ਕਰਨਾ ਹੀ ਕਰਨਾ ਹੈ? ਜਿਵੇਂ ਹੁਣ ਗੁਰੂ ਦੇ ਸਿੰਘਾਂ ਵਿੱਚ ਹੁੰਦਾ ਆ ਕਿ ਵੀ ਯਾਰ ਇੱਦਾਂ ਹੈ ਹਨਾ, ਕਿ ਦਸਤਾਰ ਬੰਨੀ, ਕਿਉਂਕਿ ਸਿੰਘਣੀਆਂ ਦੀ ਬਹੁਤ ਸੋਹਣੀ ਲੱਗਦੀ ਹੁੰਦੀ ਆ ਹਨਾ, ਅਤੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਮੈਨੂੰ ਬਹੁਤ ਅੱਛਾ ਲੱਗਦਾ ਦਸਤਾਰ ਬੰਨੀ, ਅਤੇ ਉੱਧਰੋਂ ਦੀ ਜਦੋਂ ਅਸੀਂ ਜਦੋਂ ਵੀ ਮੌਕਾ ਮਿਲਦਾ ਅਸੀਂ ਕੋਸ਼ਿਸ਼ ਕਰਦੇ ਹਾਂ ਹਰ ਵਾਰ ਦਸਤਾਰ ਬਣਾਉਣ ਦੀ, ਸਾਨੂੰ ਆਉਂਦੀ ਨਹੀਂ ਹੈਗੀ ਉੱਦਾਂ। ਅੱਛਾ, ਘਰ 'ਚ ਸਾਡੇ ਮੰਮਾ ਨੇ ਨਾ ਹੀ ਇਕੱਲੇ, ਤਾਂ ਫਿਰ ਸਾਡੇ ਪਾਪਾ ਹੈ ਨਹੀਂ ਸਾਨੂੰ ਸਿਖਾਉਣ ਲਈ। ਅੱਛਾ,
ਤੇ ਮੰਮੀ ਕੀ ਕਰਦੇ ਨੇ ਤੁਹਾਡੇ? ਜੌਬ ਕਰਦੇ ਨੇ। ਕਾਹਦੀ ਜੌਬ ਕਰਦੇ ਨੇ? ਉਹ ਸੈਲਰੀ ਤੇ ਆ, ਫੈਕਟਰੀ 'ਚ ਕੰਮ ਕਰਦੇ ਆ। ਅੱਛਾ, ਤੁਹਾਨੂੰ ਮਤਲਬ ਦਸਤਾਰ ਬਣਾਉਣੀ ਬਹੁਤ ਸੋਹਣੀ ਲੱਗਦੀ ਆ? ਹਾਂਜੀ। ਤੇ ਫਿਰ ਤੁਸੀਂ ਕਦੇ ਟਰਾਈ ਨਹੀਂ ਕੀਤਾ ਕਿ ਵੀ ਮੈਂ ਕਿਸੇ ਤੋਂ ਸਿੱਖਾਂ? ਅਸੀਂ ਉੱਥੇ ਸੀਗੇ, ਉੱਥੇ ਦੁੱਖ ਨਿਵਾਰਨ 'ਚ ਸਿਖਾਉਂਦੇ ਸੀ, ਪਰ ਉੱਥੇ ਟਾਈਮ ਨਹੀਂ ਮਿਲਦਾ ਸੀ, ਟਾਈਮ ਨਹੀਂ ਮਿਲਦਾ ਸੀਗਾ ਉੱਥੇ। ਮਤਲਬ ਸਾਡੇ ਪੇਪਰ ਸੀ ਨਾ, ਇਹਦਾ ਵੀ ਹੁਣ ਬੋਰਡ ਦੇ ਐਗਜ਼ਾਮ ਚੱਲ ਰਹੇ ਆ, ਤੇ ਉਹਦੇ ਕਰਕੇ ਅਸੀਂ ਜਾ ਨਹੀਂ ਪਾਉਂਦੇ। ਤੁਸੀਂ ਵੀ ਦਸਤਾਰ ਬਣਾ ਰਹੇ ਹੋ, ਕੀ ਕਹਿਣਾ ਚਾਹੋਗੇ? ਸਭ ਨੂੰ ਬਣਨੀ ਚਾਹੀਦੀ ਹੈ, ਗੁਰੂ ਦੇ ਨਾਲ ਜੁੜਨਾ ਚਾਹੀਦਾ ਹੈ। ਅੱਛਾ, ਪਹਿਲੇ ਵੀ ਤੁਸੀਂ ਦਸਤਾਰ ਬਣਾਈ ਹੈ ਕਦੇ? ਨਹੀਂ, ਪਹਿਲੀ ਵਾਰੀ। ਪਹਿਲੀ ਵਾਰੀ ਬਣਾ ਰਹੀ ਹੈ, ਘਰ 'ਚ ਕੋਈ ਬੰਦ ਹੈ ਦਸਤਾਰ? ਅਤੇ ਘਰਦਿਆਂ ਨੂੰ ਕੀ ਸਿੱਖਿਆ ਦੇਣਾ ਚਾਹੋਗੇ? ਸਭ ਨੂੰ ਦਸਤਾਰ ਬਣਨੀ ਚਾਹੀਦੀ ਹੈ, ਕੇਸ ਨਹੀਂ ਕੱਟਣੀ ਚਾਹੀਦੀ। ਅਤੇ ਅੱਜ ਉਰੇ ਆ ਕੇ ਕਿੱਦਾਂ ਦਾ ਲੱਗ ਰਿਹਾ? ਬਹੁਤ ਵਧੀਆ। ਜੋਸ਼ ਆ ਰਿਹਾ? ਬਹੁਤ ਜ਼ਿਆਦਾ। ਕਿ ਹੁਣ ਟਰਾਈ ਕਰਿਆ ਕਰੋਗੇ ਜਾਂ ਘਰ ਬੰਨਣ ਦੇ? ਕਰਦੀ ਸੀਗੀ, ਬੰਨੀ ਨਹੀਂ ਆਉਂਦੀ ਸੀ, ਪਹਿਲੀ ਵਾਰ ਬਣਵਾ ਰਹੀ ਹਾਂ। ਅਤੇ ਉਰੇ ਇੱਕ ਛੋਟਾ ਜਿਹਾ ਸਿੰਘ ਵੀ ਜੁੜਿਆ ਹੋਇਆ ਜਿਹੜੇ ਮੇਰੀ ਦਸਤਾਰ ਮੇਰੀ ਮੁਹਿੰਮ ਦੇ ਵਿੱਚ ਸ਼ਾਮਿਲ ਆ, ਅਤੇ ਉਹਨਾਂ ਨਾਲ ਗੱਲਬਾਤ ਕਰਾਂਗੇ। ਕੀ ਕਹਿਣਾ ਚਾਹੋਗੇ? ਅਸੀਂ ਕਹਿਣਾ ਚਾਹਾਂਗੇ, ਮੈਨੂੰ ਅੱਜ ਪੱਗ ਬੰਨ ਕੇ ਬਹੁਤ ਵਧੀਆ ਲੱਗਿਆ, ਅਤੇ ਮੈਂ ਸਾਰਿਆਂ ਬੱਚਿਆਂ ਨੂੰ ਕਹੂੰਗਾ ਵੀ ਤੁਸੀਂ ਪੱਗ ਬੰਨਿਆ ਕਰੋ। ਬਹੁਤ ਸਾਰੇ ਨੌਜਵਾਨ ਆ ਜਿਹੜੇ ਆਪਣੇ ਕਤਲ ਕੇਸ ਜਿਹੜੇ ਕਤਲ ਕਰ ਦਿੰਦੇ ਆ, ਨਹੀਂ ਅਸੀਂ ਆਹ ਜਿਹੜੀ ਪੱਗ ਆ ਨਹੀਂ ਬੰਨਣੀ ਹੈਗੀ। ਹਾਂਜੀ, ਉਹਨਾਂ ਨੂੰ ਮੈਂ ਕਹੂੰਗਾ ਵੀ ਤੁਸੀਂ ਬੰਨਿਆ ਕਰੋ, ਵਧੀਆ ਲੱਗਦੀ। ਅੱਛਾ, ਕਦੋਂ ਤੋਂ ਪਹਿਲਾਂ ਵੀ ਤੁਸੀਂ ਪੱਗ ਬੰਨਦੇ ਸੀਗੇ? ਹਾਂਜੀ। ਅਤੇ ਹੁਣ ਉਰੇ ਆ ਕੇ ਕਿਵੇਂ ਦਾ ਲੱਗ ਰਿਹਾ? ਵਧੀਆ, ਵਧੀਆ ਲੱਗ ਰਿਹਾ। ਅਤੇ ਅੱਜ ਮੇਰੀ ਦਸਤਾਰ ਮੇਰੀ ਸ਼ਾਨ ਦੇ ਵਿੱਚ ਅਸੀਂ ਪਹੁੰਚੇ ਸੀ, ਅਤੇ ਤੁਸੀਂ ਦੇਖਿਆ ਹੀ ਆ ਕਿ ਉਰੇ ਨੌਜਵਾਨਾਂ ਦਾ ਕਿਵੇਂ ਜਿਹੜਾ ਹੁੰਗਾਰਾ ਭਰਿਆ ਜਾ ਰਿਹਾ। ਅਤੇ ਸਾਨੂੰ ਦਿਓ ਹੁਣ ਇਜਾਜ਼ਤ, ਧੰਨਵਾਦ।